ਕੁੜੀਆਂ ਦੀ ਆਈ ਸਰਕਾਰ ਛੜਿਆਂ ਨੂੰ ਕਫਾ ਕਰੋ ਆ ਬਾਪੂ ਜੀ ਪੈਰ ਪਰੇ ਕਰੋ ਜਰਾ ਓਏ ਤੇਰੀ ਲੈ ਵੀ ਆ ਗਿਆ ਮੈਨੂੰ ਲੱਗਦਾ ਰੱਦੀ ਇਕੱਠੀ ਕਰਦਾ ਫਿਰਦਾ ਜੀ ਹੈ ਆ ਬੋਤਲਾਂ ਨਾਲ ਹੀ ਰੱਖਦੇ ਇੱਥੇ ਸਾਰੇ ਕਬਾੜੀ ਨਹੀਂ ਵੇਚਣਾ ਸਮਾਨ ਮਨਤਾਰ ਭਾਜੀ ਆ ਹੋਰ ਸਮਾਨ ਵੀ ਕਬਾੜ ਚ ਸੁੱਟਣ ਵਾਲਾ ਆ ਸਿਕੰਦਰ ਭਾਜੀ ਨੇ ਘਰ ਦੇ ਵਿੱਚ ਜਗ੍ਹਾ ਜਗ੍ਹਾ ਤੇ ਆਪਣੀਆਂ ਬੋਤਲਾਂ ਖਿਲਾਰੀਆਂ ਨੇ ਓਏ ਆ ਕਿੱਥੋਂ ਲੈ ਆਏ ਤੁਸੀਂ ਉਹ ਕੋਠੇ ਤੋਂ ਮਿਲੀ ਸੀ ਖੁੰਜੇ ਚ ਇੱਕ ਡਰਮ ਦੇ ਪਿੱਛੇ ਪਈ ਸੀ ਇੱਕ ਮਿੰਟ ਪ੍ਰੋਫੈਸਰ ਸਾਹਿਬ ਮੈਨੂੰ ਲੱਗਦਾ ਤੇਰੀ ਰਾਤ ਦੀ ਉਤਰੀ ਨੀ ਹਲੇ ਹੈ ਅੰਗਰੇਜ਼ੀ ਦੇਸੀ ਮਿਕਸ ਕਰੀ ਜਾਣਾ ਵਿੱਚ ਹੀ ਓਏ ਓ ਭਾਜੀ ਬੂੰਦ ਬੂੰਦ ਨਾਲ ਸਾਗਰ ਭਰਦਾ ਸ਼ਾਮ ਦਾ ਇੰਤਜ਼ਾਮ ਕਰ ਰਿਹਾ ਓਏ ਇੱਥੇ ਨਾ ਰੱਖ ਇਹ ਬੋਤਲਾਂ ਜਾ ਕੇ ਪਿੱਛੇ ਡੰਗਰਾਂ ਵਾਲੇ ਵਿਹੜੇ ਚ ਰੱਖ ਮੈਨੂੰ ਅੱਜ ਤੋਂ ਬਾਅਦ ਕੋਈ ਬੋਤਲ ਤੇਰੀ ਦਿਸਣੀ ਚਾਹੀਦੀ ਉਹ ਕੋਈ ਮੈਨੂੰ ਦੱਸੇਗਾ ਇੱਥੇ ਹੋ ਕੀ ਰਿਹਾ ਆ ਸਫਾਈ ਹੋ ਰਹੀ ਹੈ ਭਾਜੀ ਹੋਰ ਕੀ ਹੋ ਰਿਹਾ ਸਫਾਈ ਹੋ ਰਹੀ ਹੈ ਨਹੀਂ ਦੀਵਾਲੀ ਆਉਣ ਵਾਲੀ ਆ ਓਏ ਦੀਵਾਲੀ ਨਹੀਂ ਭਰਾਵਾਂ ਵਾਲੀ ਆ ਰਹੀ ਆ ਭਰਾਵਾਂ ਵਾਲੀ ਕਹਿਣਾ ਕੀ ਚਾਹੁੰਦੇ ਹੋ ਹੈ ਭਰਾਵਾਂ ਵਾਲੀ ਉਹ ਮੈਡਮ ਨੀ ਜਿਹਦੇ ਚ ਤੈਨੂੰ ਤੇ ਆ ਪ੍ਰੋਫੈਸਰ ਨੂੰ ਭੈਣ ਦਿਖੀ ਸੀ ਉਹ ਆਉਣ ਵਾਲੀ ਏ ਭਰਾਵਾਂ ਵਾਲੀ ਉਹ ਬਾਪੂ ਜੀ ਮੈਨੂੰ ਤਾਂ ਥੋੜੀ ਨੀ ਸਮਝ ਲੱਗਦੀ ਇਸ ਉਮਰ ਚ ਆ ਕੇ ਤੁਸੀਂ ਵੀ ਸਿੱਟਿਆ ਗਏ ਔਰ ਤੁਸੀਂ ਉਹਨੂੰ ਇੱਥੇ ਆਉਣ ਦੀ ਇਜਾਜ਼ਤ ਕਿਵੇਂ ਦੇਤੀ ਓਏ ਤੂੰ ਇੱਥੇ ਖੜਾ ਰੌਲਾ ਪਾਈ ਜਾਂਦਾ ਹੈ ਜਦੋਂ ਅਸੀਂ ਡੀਸੀ ਆਫਿਸ ਮਿਲਣ ਗਏ ਸੀ ਇਸੇ ਕੁੜੀ ਨੇ ਸਾਡੀ ਸਭ ਤੋਂ ਜ਼ਿਆਦਾ ਮਦਦ ਕੀਤੀ ਹੈ ਉਹ ਇੱਕ ਤਾਂ ਮੈਨੂੰ ਨਹੀਂ ਸਮਝ ਲੱਗਦੀ ਉਹ ਕੁੜੀ ਆ ਕੇ ਸ਼ਕਤੀਮਾਨ ਹੈ ਉਹ ਤੁਹਾਡੇ ਕੰਮ ਵੀ ਕਰਾਈ ਜਾਂਦੀ ਹੈ ਆ ਇਹ ਕੰਮ ਦੀ ਤਿਆਰੀਆਂ ਕਰਾਈ ਜਾਂਦੀ ਹੈ ਆ ਪ੍ਰੋਫੈਸਰ ਦੇ ਕੰਮ ਵੀ ਕਰਾਈ ਜਾਂਦੀ ਹੈ ਉਹ ਮਨਤਾਰ ਭਾਜੀ ਮੇਰਾ ਕੋਈ ਕੰਮ ਨਹੀਂ ਸੀ ਉਹ ਤਾਂ ਕਾਲਜ ਦਾ ਕੰਮ ਸੀ ਹੁਣ ਮੈਂ ਕਾਲਜ ਦਾ ਕੰਮ ਵੀ ਨਾ ਕਰਵਾਵਾਂ ਚਲੋ ਠੀਕ ਆ ਪਰ ਮੈਨੂੰ ਇਹ ਗੱਲ ਦੱਸੋ ਨਾ ਇਹਦੇ ਵਿੱਚ ਸਫਾਈ ਅਭਿਆਨ ਕਰਨ ਦੀ ਕੀ ਲੋੜ ਸੀ ਭਾਜੀ ਲੋੜ ਹੈ ਦੇਖੋ ਹੁਣ ਆਪਾਂ ਤਾਂ ਸਾਰੇ ਰਹੇ ਛੜੇ ਮਤਲਬ ਬੰਦੇ ਬੰਦੇ ਕਿੱਦਾਂ ਵੀ ਰਹੀ ਜਾਈਦਾ ਹੈ ਹੁਣ ਘਰ ਦੇ ਵਿੱਚ ਅਗਰ ਬੀਬੀ ਆਊਗੀ ਤਾਂ ਕੋਈ ਰਹਿਣ ਦਾ ਤਰੀਕਾ ਵੀ ਤਾਂ ਹੁੰਦਾ ਹੈ